पंजाब सरकार वालों गैर कानूनी माइनिंग नु रोकन लई सख्त कदम चुके जा रहे हन, जिस दे तहत अज हलका मजीठा दे पिंड शाम नगर विच हो रही नाजायज माइनिंग दा पता चलन ते आम आदमी पार्टी दे आगू श्रीमती सतिंदर कौर वालों पुलिस नाल मौके ते पहुंच के उत्थे हो रही नाजायज माइनिंग नु रुकवाया गया। और 20 फुट तो वध पुट्टी है, नाल नाल तुसी रेत कट गए, नाल नाल तुसी पूरी जाने। मैडम रेत नहीं है, रेत नहीं है, मतलब हद हो गई है, जब भी अपन झूठ बोलन दी लोड़ है। देखो ये तो दसन दिया, अभी मिट्टी तो अपन उत्तों भी चुक सकते हैं। हाँ 83 फुट तो कोई 4 फुट 5 फुट 20 फुट डूंगा भी अंदर। तो संदीप मैडम कौन है? आम आदमी पार्टी प्रधान है संदीप। मैं कोई मैं नहीं कर लो, ओ मैं ओ वे जिला, हां जी मैंने पता संदीप जिला जा रहे संदीप ना गल करा दो। अच्छा तुहानू पता ही नहीं है तुहाडा नाम लई जांदे कहिंदे संदीप विच आ। पर वेखो बेटे जिहड़ी चीज गलत होंदी उह गलत है ना, असीं सानू किसे ने दस्सिया असीं उस वेले आए हां, जे ते तुहाडी सहमति है नाल ते फिर ठीक है। आम आदमी पार्टी नहीं ना स्पीकर ला लो, कहिंदे मेरी कोई नहीं 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 सहमति मैडम कोई नहीं है। पर नहीं असीं ते बुरा ना ना बणाओ जे तुसीं ना गलत गलत के भाजी ओनू क्यों बुरा करदे, मैनूं पता ओ बंदे नूं मैं जानदा। मौके ते पहुंची पुलिस वालों माइनिंग विच वरती जा रही मशीन अते टिप्पर कब्जे विच लै के दोषियों खिलाफ मामला दर्ज कर लिया गया। जानकारी दिंदिया आम आदमी पार्टी दे आगू श्रीमती सतिंदर कौर ने दस्या कि उन्हां नूं सूचना मिली सी कि पिंड शामनगर विच नाजायज माइनिंग हो रही है, तां उन्हां ने तुरंत मौके ते पहुंच हो रही नाजायज माइनिंग नूं रुकवाया। उन्हां ने कहा कि आप सरकार विच कोई भी गलत काम करन वाले नूं बख्शा नहीं जाएगा, भावे ओ किसी भी पार्टी दा क्यों ना होवे। सानूं इत्तला मिली सी कि इत्थे कोई किसी तरह दी मिट्टी पुट्टी जा रही है, ਤੇ ਅਸੀਂ ਫਿਰ ਇੱਥੇ ਮੌਕਾ ਵੇਖਣ ਆਏ ਔਰ ਬਾਕੀ ਸਹੀ ਸੀਗੀ ਚੀਜ਼। ਮਿੱਟੀ ਦੀ ਆ ਰਹੀ ਕਿ ਰੇਤ ਦੀ ਆ ਰਹੀ? ਨਹੀਂ ਦੇਖੋ ਥੋੜ੍ਹਾ ਡੂੰਘਾਈ 'ਚ ਪੁੱਟਦੇ ਹਾਂ ਤਾਂ ਰੇਤ ਹੁੰਦੀ ਆ, ਅਤੇ ਅਜੇ ਤਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਕੁਛ, ਮੈਨੂੰ ਪਤਾ ਚੱਲਿਆ ਵੀ ਕੁਛ ਗਿਆ ਵੀ ਇੱਥੋਂ, ਅਤੇ ਹਨੇਰਾ ਹੋਣ ਕਰਕੇ ਥੋੜ੍ਹਾ ਜਿਹਾ ਸਾਨੂੰ ਨਹੀਂ ਪਤਾ ਚੱਲ ਰਿਹਾ, ਪਰ ਬਿਲਕੁਲ ਰੇਤ ਜਿਹੜੀ ਉਹ ਪੁੱਟੀ ਜਾ ਰਹੀ ਸੀ। ਕਿੰਨੇ ਫੁੱਟ ਤੱਕ ਮੈਡਮ ਤੁਹਾਨੂੰ ਦਿਖਾਈ ਦੇ ਰਿਹਾ? ਦੇਖੋ ਪਹਿਲਾਂ ਉਹ ਤੇ 3 ਫੁੱਟ ਕਹਿੰਦੇ ਆ, ਪਰ ਦੇਖਣ ਨੂੰ ਜ਼ਿਆਦਾ ਲੱਗਦਾ ਥੋੜ੍ਹਾ ਜਿਹਾ ਹਨੇਰਾ, ਕਾਫੀ ਡੂੰਘਾਈ ਤੱਕ ਪੁੱਟਿਆ। ਇਸ ਪਾਰਟੀ ਨਾਲ ਸੰਬੰਧਿਤ ਨੇ ਜੀ ਇਹ ਮਾਈਨਿੰਗ ਕਰ ਰਹੇ ਨੇ? ਨਹੀਂ ਜੀ ਇਹ ਤੇ ਅਜੇ ਪਾਰਟੀ ਦਾ ਸਾਨੂੰ ਪਤਾ ਨਹੀਂ ਚੱਲਿਆ ਵੀ ਕਿਹੜੀ ਪਾਰਟੀ ਦੇ, ਪਰ ਅਸੀਂ ਜ਼ਰੂਰ ਆਮ ਆਦਮੀ ਪਾਰਟੀ ਦੇ ਹਾਂ ਔਰ ਆਮ ਆਦਮੀ ਪਾਰਟੀ ਦਾ ਤਾਂ ਹੈਗਾ, ਜੋ ਵੀ ਗਲਤ ਕੰਮ ਹੋ ਰਿਹਾ ਉਹਨੂੰ ਅਸੀਂ ਜ਼ਰੂਰ ਚੈੱਕ ਕਰਾਂਗੇ ਔਰ ਉਹਦੇ ਖਿਲਾਫ ਮੁਹਿੰਮ ਚਲਾਈ ਜਾਏਗੀ। ਜਿਵੇਂ ਕਿ ਵੇਖੋ ਜੀ ਸਾਨੂੰ ਤੇ ਮੈਡਮ ਸਤਿੰਦਰਜੀਤ ਕੌਰ ਗਿੱਲ ਹੋਣਾ ਨੇ ਦੱਸਿਆ ਸੀਗਾ ਵੀ ਇੱਥੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਡਈ ਆ, ਅਸੀਂ ਇੱਥੇ ਪਹੁੰਚੇ ਹਾਂ। ਉਹ ਮਜੀਠੇ ਹਲਕੇ ਨੂੰ ਬਿਲੋਂਗ ਕਰਦੇ ਨੇ, ਅਦਾਲੀ ਮਜੀਠੀਆ ਜਿਹਦੇ ਪਤਨੀ ਨੇ, ਅਤੇ ਉਹ ਸਾਰਾ ਸੰਭਾਲਦੇ ਨੇ ਹਲਕਾ, ਅਤੇ ਅਸੀਂ ਉਹਨਾਂ ਦੇ ਸਪੋਰਟਰ ਹਾਂ। ਉਹਨਾਂ ਨੇ ਸਾਨੂੰ ਕਿਹਾ ਵੀ ਉੱਥੇ ਪਹੁੰਚੋ, ਇੱਥੇ ਆ ਕੇ ਜੋ ਵੇਖਿਆ ਉਹ ਤੁਹਾਡੇ ਸਾਹਮਣੇ ਹੀ ਆ ਕਿ ਜਿਹੜੇ ਕੋਈ ਮਾਪਦੰਡ ਰੱਖੇ ਨੇ ਸਰਕਾਰ ਵੱਲੋਂ ਮਾਈਨਿੰਗ ਦੇ ਕੇ, ਇੰਨੀ ਜ਼ਮੀਨ ਆਪਾਂ ਪੁੱਟ ਸਕਦੇ ਹਾਂ, ਇਹ ਉਹ ਤੋਂ ਕਈ ਗੁਣਾ ਵੱਧ ਆ, ਇੱਥੇ ਸਾਹਮਣੇ ਹੀ ਆ, ਉਹ ਤੁਹਾਡੇ ਕੈਮਰੇ ਦੀਆਂ ਅੱਖਾਂ ਨੇ ਦੱਸ ਦੇਣਾ ਵੀ ਕੀ ਆ ਸਾਰਾ ਕੁਝ। ਉਹਦੇ ਜਾਣਕਾਰੀ ਦਿੰਦਿਆਂ ਥਾਣਾ ਮਜੀਠਾ ਦੇ SHO ਮਨਮੀਤ ਸਿੰਘ ਨੇ ਦੱਸਿਆ ਕਿ ਉਕਤ ਜ਼ਮੀਨ ਵਿੱਚ ਲਗਭਗ 15 ਤੋਂ 20 ਫੁੱਟ ਡੂੰਗੀ ਮਾਈਨਿੰਗ ਕੀਤੀ ਜਾ ਰਹੀ ਸੀ। ਉਹਨਾਂ ਨੇ ਕਿਹਾ ਕਿ ਮਾਈਨਿੰਗ ਵਿੱਚ ਵਰਤੀ ਜਾ ਰਹੀ ਮਸ਼ੀਨਰੀ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਦੋਸ਼ੀਆਂ ਖਿਲਾਫ FIR ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮਾਈਨਿੰਗ ਦਾ ਤੁਸੀਂ ਫੜੀ ਹੈ, ਉਹਦੇ ਕੀ ਮਾਮਲਾ ਦਾ? ਉਹ 'ਚ JE ਸਾਹਿਬ ਰਾਤੀ ਆ ਗਏ ਸੀ ਜੀ ਮਾਈਨਿੰਗ ਸਿੰਘ ਵਾਲੇ, ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਦੇ ਪਰਚਾ ਰਜਿਸਟਰ ਕਰਾ ਦਿੱਤਾ ਜੀ। 21 ਮਾਈਨਿੰਗ ਏਟ ਦਾ ਪਰਚਾ ਆ ਗਿਆ ਜੀ, ਇੱਕ ਜੀ ਉਹ 'ਚ ਪੌਕ ਲਾਈਨ ਆ ਉਹ ਅਤੇ ਖੜ ਤੇ ਪਰਚਾ ਹੋਇਆ ਜੀ। ਉਹ ਅੱਜ ਪਟਵਾਰੀ ਸਾਹਿਬ ਕੋਲ ਰਿਪੋਰਟ ਲੈ ਕੇ ਉਹਨਾਂ ਨੇ ਕੋਆਰਡੀਨੇਟਸ ਪਾ ਦਿੱਤੇ ਨੇ JE ਸਾਹਿਬ ਨੇ, ਉਹ ਪਟਵਾਰੀ ਸਾਹਿਬ ਕੋਲ ਰਿਪੋਰਟ ਲੈ ਕੇ ਜਿਹੜਾ ਪੈਲੀ ਦਾ ਖੜ ਦਾ ਮਾਲਕ ਉਹਨੂੰ ਨਾਮਜ਼ਦ ਕੀਤਾ ਜਾਵੇਗਾ, ਅਤੇ ਜਿਹੜਾ ਉੱਥੇ ਟਿੱਪਰ ਸੀ ਉਹਨੂੰ ਉਹਨਾਂ ਨੇ ਚਲਾਨ ਕੀਤਾ ਜੀ। ਜੋ ਵੀ ਜਿੱਥੇ ਵੀ ਕੋਈ ਇਲੀਗਲ ਕੰਮ ਕਰੇਗਾ ਅਸੀਂ ਤਾਂ ਐਸ ਪਰ ਲੋ ਡੀਲ ਕਰਾਂਗੇ। ਕੱਲ੍ਹ ਸਾਨੂੰ ਕੰਪਲੇਂਟ ਆਈ ਸੀ ਕਿ ਉਹਨਾਂ ਨੇ ਮਿੱਟੀ ਪੁੱਟਦੇ ਥੋੜੀ ਡੂੰਗੀ ਪੁੱਟੀ ਆ, ਅਸੀਂ ਮੌਕੇ 'ਤੇ ਕਾਰਵਾਈ ਕੀਤੀ ਆ। ਮਜੀਠਾ ਤੋਂ ਗੁਰਜਿੰਦਰ ਸੱਗੂ ਦੀ ਰਿਪੋਰਟ, ਜੀਵੇ ਪੰਜਾਬ TV।